ਭਾਵੇਂ ਸਭ ਨੇ ਆਖਿਰ ਮਿੱਟੀ ਦੇ ਵਿੱਚ ਮਿੱਟੀ ਹੋਣਾ, ਜੋ ਅੱਜ ਹੈ ਸੰਧੂਆ ਸ਼ਾਇਦ ਉਹ ਕੱਲ੍ਹ ਨਹੀਂ ਹੋਣਾ, ਪਰ ਪੁੱਤਾਂ ਵਾਂਗੂ ਪਾਲਿਆਂ ਦਾ ਰੱਬਾ ਸਾਥੋਂ ਵਿਛੋੜਾ ਝੱਲ ਨਹੀਂ ਹੋਣਾ, ਸਾਥੋਂ ਵਿਛੋੜਾ ਝੱਲ ਨਹੀਂ ਹੋਣਾ। ਆਹ ਬੜੀ ਦੁੱਖਦਾਈ ਖਬਰ ਹੈ ਸੱਜਣੋ, ਕਿ ਬੜੇ ਲਾਡਾਂ ਨਾਲ ਬੜੇ ਚਾਵਾਂ ਨਾਲ ਬਾਈ ਨੇ ਆਹ ਘੋੜਾ ਲਿਆਂਦਾ ਸੀ। ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਬਹੁਤ ਸੋਹਣੀ ਵੀਡੀਓ ਕਰੀ ਮੈਂ। ਤਕਰੀਬਨ ਇਹ ਘੋੜਾ ਪਹਿਲਾਂ ਬਾਈ ਦੇ ਕੋਲੇ ਸੀਗਾ ਇੱਥੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਦੀਨਪੁਰ ਪਿੰਡ ਦੇ ਵਿੱਚ। 4 ਵਾਰ ਘੋੜਾ ਇੱਥੇ ਬਾਈ ਕੋਲੇ ਅਸੀਂ ਫਲਮਾਇਆ ਸੀਗਾ ਦੀਨਪੁਰ ਪਿੰਡ ਦੇ ਵਿੱਚ, ਅਤੇ ਹੁਣ ਐਤਕੀ ਉੱਥੇ ਫਲਮਾ ਕੇ ਆਏ ਸਾਂ ਫਰਵਰੀ ਦੇ ਵਿੱਚ। ਹੁਣ ਇਹ ਘੋੜਾ ਜਾ ਵੜਿਆ ਸੀਗਾ ਫਿਰੋਜ਼ਪੁਰ ਏਰੀਏ ਦੇ ਵਿੱਚ, ਬਣਾਲੀ ਪਿੰਡ ਦਾ ਨਾਮ ਹੀ ਹੈ ਅਤੇ ਰੁਕਣੇ ਵਾਲਾ ਵੀ ਕਹਿ ਦਿੰਦੇ ਆ, ਦੋ ਨਾਂ ਨੇ ਪਿੰਡ ਦੇ। ਅਤੇ ਆਪਣਾ ਬਹੁਤ ਹੀ ਭਰਾ ਸਤਿਕਾਰਯੋਗ ਹੈ ਵੀਰ ਸੁਖਚੈਨ ਸਿੰਘ, ਬਾਈ ਦਾ ਮੈਂ ਨਾਲ ਨੰਬਰ ਵੀ ਦਿੱਤਾ। ਇਹ ਘੋੜਾ ਕੱਲ੍ਹ ਅਚਾਨਕ ਹੀ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਰਾਜਿਆ, ਆਪਣੇ ਤੋਂ ਵਿਛੋੜਾ ਪਾ ਗਿਆ। ਅਤੇ ਪਰ ਬਾਈ ਦਾ ਬੜਾ ਮੰਦਾ ਹਾਲ ਹੈ ਸੱਜਣੋ, ਕਿਉਂਕਿ ਮੈਨੂੰ ਪਤਾ ਜਦੋਂ ਘੋੜਾ ਬਾਈ ਨੇ ਲਿਆਂਦਾ ਸੀ, ਜਦੋਂ ਅਸੀਂ ਸ਼ੂਟ ਕਰਨ ਗਏ ਹਾਂ, ਤਾਂ ਬਾਈ ਪੱਬਾਂ 'ਤੇ ਨੱਚਦਾ ਸੀ ਪੱਬਾਂ 'ਤੇ। ਪਰ ਅੱਜ ਜੇ ਹਾਲ ਵੇਖੀਏ ਬਾਈ ਸੁਖਚੈਨ ਦਾ, ਤਾਂ ਅੱਜ ਹਾਲ ਕੁਛ ਵੀ ਨਹੀਂ, ਕਿਉਂਕਿ ਇੱਕ ਮਾਤੜ ਪਰਿਵਾਰ 'ਚੋਂ ਉੱਠਿਆ ਬੰਦਾ ਕਿਵੇਂ ਘੋੜਾ ਲਿਆਉਂਦਾ ਹੈ, ਸਾਨ ਘੋੜਾ ਉਹਨੂੰ ਕਿਵੇਂ ਪਾਲਦਾ, ਕਿਵੇਂ ਪਰਵਰਿਸ਼ ਹੁੰਦੀ ਹੈ, ਇਹ ਘੋੜੇ ਵਾਲੇ ਸਾਰੇ ਭਰਾ ਭਲੀ ਪੰਥੀ ਜਾਣਦੇ ਆ। ਸੋ ਮੈਂ ਵੀਡੀਓ ਦੀ ਸਾਂਝ ਤਾਂ ਪਾ ਰਿਹਾ ਹੈ ਕਿ ਇੱਕ ਤਾਂ ਵੀਰ ਨੂੰ ਵੱਧ ਤੋਂ ਵੱਧ ਫੋਨ ਕਰਕੇ ਬਾਈ ਨੂੰ ਹੌਸਲਾ ਦਿਓ, ਕਿਉਂਕਿ ਬਹੁਤ ਮੰਦਾ ਹਾਲ ਹੈ ਬਾਈ ਦੇ ਪਰਿਵਾਰ ਦਾ ਵੀ ਅਤੇ ਬਾਈ ਦਾ ਵੀ, ਕਿਉਂਕਿ ਬੜੇ ਮੁੱਦਤਾਂ। ਇੱਕ ਤਾਂ ਘੋੜਾ ਬਾਈ ਦੇ ਕੋਲ ਸੀਗਾ ਸੁਲਤਾਨ, ਉਹ ਸੇਲ ਕਰਤਾ ਸੀਗਾ ਬਾਈ ਨੇ, ਉਸ ਤੋਂ ਬਾਅਦ ਇਹ ਬੜੇ ਚਾਵਾਂ ਨਾਲ ਪਰਿਵਾਰ ਘੋੜਾ ਲੈ ਕੇ ਆਇਆ ਸੀਗਾ, ਅਤੇ ਅੱਜ ਉਹ ਪੂਰਾ ਹੋ ਗਿਆ। ਸੋ ਬਹੁਤ ਮਾੜੀ ਗੱਲ ਹੋਈ ਹੈ। ਅਤੇ ਇੱਕ ਗੱਲ ਨਾ ਥੋੜ੍ਹੀ ਜਿਹੀ ਮੈਨੂੰ ਵੀ ਸਮਝ ਨਹੀਂ ਆਈ ਕਿ ਮੈਂ ਬਾਈ ਨੂੰ ਫੋਨ ਕੀਤਾ, ਹਿਰਖ ਕਰ ਲਈ, ਅਤੇ ਬਾਈ ਨੇ ਮੈਨੂੰ ਦੱਸਿਆ ਕਿ ਬਾਈ ਜਦੋਂ ਅਸੀਂ ਕਹਿੰਦੇ ਸੀ ਘੋੜਾ ਜਿਉਂਦਾ ਜਾਗਦਾ ਸੀ, ਅਤੇ ਅਸੀਂ ਭਰਾਵਾਂ ਨੂੰ ਕਹਿੰਦੇ ਸੀ ਕਿ ਸਾਨੂੰ ਇਹਦੇ ਬੱਚੇ ਜਿਹੜੇ ਸਾਂਭ ਤਿਆਰ ਹੋਏ ਆ ਨਾ, ਅਤੇ ਉਹ ਬੱਚਿਆਂ ਬਾਰੇ ਦੱਸੋ, ਅਤੇ ਉਦੋਂ ਭਰਾਵਾਂ ਨੇ ਕਿਸੇ ਨੇ ਕਹਿੰਦੇ ਵੀ ਕੋਈ ਵੱਡਾ ਜਾਂ ਅੱਗੇ ਨਹੀਂ ਕੋਈ ਇੰਨੇ ਆ ਸਕੇ, ਵੀ ਛੋਟੇ ਬੱਚਿਆਂ ਦਾ ਅਸੀਂ ਪਤਾ ਕੀਤਾ ਜਿੰਨਾ ਵੀ ਅਸੀਂ ਲਾ ਸਕੇ ਵੱਲ ਆਈ। ਪਰ ਹੁਣ ਜਦੋਂ ਪੂਰਾ ਹੋ ਗਿਆ ਕੱਲ੍ਹ ਦਾ, ਤਾਂ ਹੁਣ ਬੜੇ ਭਰਾਵਾਂ ਦੇ ਕੌਲ ਆਈ ਜਾਂਦੇ ਆ ਕਿ ਬਾਈ ਸਾਡੇ ਕੋਲ ਵੀ ਇਹਦਾ ਸਾਣ ਖੜਾ ਹੈ। ਬਾਈ ਕਹਿੰਦਾ 3-4 ਬੰਦਿਆਂ ਦੇ ਮੈਨੂੰ ਫੋਨ ਆ ਗਏ, ਬਾਈ ਸਾਡੇ ਕੋਲ ਵੀ ਇਹਦਾ ਬੱਚਾ ਤਿਆਰ ਹੋ ਗਿਆ, ਵੀ ਸਾਣ ਤਿਆਰ ਹੋ ਗਿਆ ਖੜਾ ਹੈ। ਸਾਡੀ ਨਾ ਹਮੇਸ਼ਾ ਹੀ ਹੱਥ ਜੋੜ ਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਜਿਹੜੇ ਭਰਾ ਦਾ ਘੋੜਾ ਜਿਉਂਦਾ ਜਾਗਦਾ ਖੜਾ ਹੁੰਦਾ ਹੈ ਨਾ ਯਾਰ, ਉਹਦੇ ਬੱਚਿਆਂ ਦਾ ਜ਼ਰੂਰ ਭਰਾਵਾਂ ਨੂੰ ਦੱਸਿਆ ਕਰੋ ਕਿ ਬਾਈ ਆਹ ਘੋੜੇ ਤੇਰੇ ਦਾ ਬੱਚਾ ਹੈ, ਅਗਲੇ ਦਾ ਵੀ ਹੌਸਲਾ ਵੱਧਦਾ ਹੈ। ਹੁਣ ਤਾਂ ਘੋੜਾ ਪੂਰਾ ਹੋ ਗਿਆ ਬਾਈ ਜੀ, ਅਤੇ ਹੁਣ ਉਹਨੂੰ ਦੱਸਣ ਦਾ ਮੈਨੂੰ ਲੱਗਦਾ ਨਹੀਂ ਕਿ ਹੈਣਾ, ਵੀ ਚਲੋ ਘੋੜੇ ਦਾ ਨਾਂ ਤਾਂ ਸਦਾ ਹੀ ਜਿਉਂਦਾ ਰਹੂਗਾ ਪਰਮਾਤਮਾ ਕਿਰਪਾ ਕਰੇ, ਪਰ ਇੰਨਾ ਵੀ ਜਿਉਂਦੇ ਜਾਗਦੇ ਨਾਲ ਵੀ ਖੜਿਆ ਕਰੋ। ਸੋ ਘੋੜਾ ਸੀਗਾ ਜੀ ਜੌਂਡੀਅਰ 65 ਦੀ ਹਾਈਟ ਸੀ, ਸੂਰਜ ਘੋੜੇ ਦਾ ਪੁੱਤ ਸੀਗਾ, ਸੂਰਜ ਘੋੜਾ ਜਿਹੜਾ ਬਾਈ ਮਿੰਟੂ ਕੋਲੇ ਹੁੰਦਾ ਸੀਗਾ। ਸੋ ਇੰਨੀ ਕੁ ਬੇਨਤੀ ਹੈ ਕਿ ਪਰਿਵਾਰ ਦਾ ਹੌਸਲਾ ਜ਼ਰੂਰ ਵਧਾਇਓ ਫੋਨ ਕਰਕੇ, ਬਾਈ ਨੂੰ ਦਿਲਾਸਾ ਜ਼ਰੂਰ ਦਿਓ, ਅਤੇ ਪਰਮਾਤਮਾ ਕਰੇ ਜੇ ਉਹ ਕਹਿੰਦੇ ਆ ਨਾ ਪਰਮਾਤਮਾ ਲੈ ਕੇ ਜਾਂਦਾ ਹੈ ਅਤੇ ਉਹ ਮੋੜਦਾ ਵੀ ਹੈ, ਪਰ ਅੱਜ ਸਖਤ ਲੋੜ ਹੈ ਤੁਹਾਡੇ ਹੌਸਲੇ ਦੀ, ਅਤੇ ਪਰਿਵਾਰ ਨਾਲ ਖੜੇ ਹੋ। ਬਹੁਤ ਹੀ ਜਲਦ ਮਿਲਦੇ ਹਾਂ ਜੀ, ਧੰਨਵਾਦ, ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ।